ਤੁਸੀਂ ਐਜ਼ ਅਸਿਸਟੈਂਟ ਪ੍ਰੋਫੈਸਰ ਜੌਬ ਕਰ ਰਹੇ ਹੋ ਠੀਕ ਹੈ ਔਰ ਇਸ ਸਫਰ ਜਿਹੜਾ ਸੀ ਕਿੱਦਾਂ ਦਾ ਰਿਹਾ ਔਰ ਕੀ ਫੇਸ ਕਰਨਾ ਪਿਆ ਸੌਖਾ ਸੀ ਨਹੀਂ ਮੈਮ ਸੌਖਾ ਤਾਂ ਨਹੀਂ ਸੀ ਬਟ ਬਹੁਤ ਜ਼ਿਆਦਾ ਡਿਫੀਕਲਟੀ ਸੀ ਕਿਉਂਕਿ ਐਕਚੁਲੀ ਮੈਂ ਮੇਰੇ ਫਾਦਰ ਦੀ ਡੈਥ 2019 ਦੇ ਵਿੱਚ ਹੋ ਗਈ ਸੀ ਬਹੁਤ ਜ਼ਿਆਦਾ ਡਿਫੀਕਲਟੀ ਹੋ ਜਾਂਦੀ ਹੈ ਜਦੋਂ ਇੱਕ ਫਾਦਰ ਚਲੇ ਜਾਂਦਾ ਆ ਸਿਰਫ ਸਿੰਗਲ ਮਦਰ ਨੇ ਆਪਣੇ ਬੱਚੇ ਨੂੰ ਪਾਲਣਾ ਮੈਡਮ ਬੜਾ ਮੁਸ਼ਕਿਲ ਹੋ ਜਾਂਦਾ ਸੀ ਠੀਕ ਹੈ ਮੈਮ ਕਿਉਂਕਿ ਉੱਪਰੋਂ ਕੋਈ ਸਹਾਰਾ ਦੇਣ ਵਾਲਾ ਨਹੀਂ ਸੀ ਮੰਮਾ ਨੇ ਕਿਸੇ ਨਾ ਕੋਈ ਡਿਸੀਜ਼ਨ ਲੈਣਾ ਸੀ ਅਤੇ ਮੈਮ ਉਹਨਾਂ ਨੂੰ ਕਿਸੇ ਤੋਂ ਨਿਰਭਰ ਰਹਿਣਾ ਪੈਂਦਾ ਸੀ ਕੀ ਕੁਝ ਬੀਤਿਆ ਸੀ ਦਿਮਾਗ ਦੇ ਵਿੱਚ ਕੀ ਕੁਝ ਆਇਆ ਸੀ ਜਦੋਂ ਹਾਲਾਤ ਦੇਖੇ ਤਾਂ ਉਹ ਦਿਨ ਮੈਮ ਉਹ ਈਅਰ ਸਾਡੇ ਲਈ ਬਲੈਕ ਡੇ ਸੀ ਬਹੁਤ ਸਾਰੇ ਰਿਲੇਟਿਵ ਹੁੰਦੇ ਨੇ ਹਨਾ ਹਾਂਜੀ ਮੈਮ ਉਹਨਾਂ ਨੇ ਕਿੰਨਾ ਕੁ ਸਪੋਰਟ ਕੀਤਾ ਤੁਹਾਨੂੰ ਸੀ ਮੈਮ ਅਸੀਂ ਇੱਕ ਦਿਨ ਉਹ ਵੀ ਦੇਖਿਆ ਸੀ ਜਦੋਂ ਸਾਡੇ ਘਰੇ 10 ਰੁਪਏ ਵੀ ਨਹੀਂ ਹੈਗੇ ਸੀ ਮੈਮ ਸਾਡੇ ਦਾਦਕਾ ਫੈਮਿਲੀ ਚੋਂ ਕਿਸੇ ਦਾ ਵਿਊ ਇਹ ਵੀ ਸੀ ਕਿ ਅਸੀਂ ਇਹਨਾਂ ਦੇ ਕੋਲੋਂ ਭੀਖ ਮੰਗਵਾਉਣੀ ਹੈ ਇਹ ਵਰਡ ਮੈਮ ਬਹੁਤ ਜ਼ਿਆਦਾ ਪਿੰਚ ਕਰ ਰਹੇ ਜੇ ਅਸੀਂ ਮੈਮ ਇਹ ਚੀਜ਼ ਨੂੰ ਅੱਗੇ ਰੀਪ੍ਰੈਜ਼ੈਂਟ ਕਰਦੇ ਸਤਿ ਸ਼੍ਰੀ ਅਕਾਲ ਸੇਂਟ ਸੋਲਜਰ ਟਾਈਮਸ ਤੇ ਮੈਂ ਜਸਪ੍ਰੀਤ ਕੌਰ ਸ਼ੇਰਗਿੱਲ ਹਾਜ਼ਰ ਹਾਂ ਅੱਜ ਦਾ ਇਹ ਪੋਡਕਾਸਟ ਲੈ ਕੇ ਜੀ ਹਾਂ ਅੱਜ ਦਾ ਇਹ ਪੋਡਕਾਸਟ ਬਹੁਤ ਖਾਸ ਹੋਵੇਗਾ ਔਰ ਬਹੁਤ ਹੀ ਹਿੰਮਤ ਦੇਣ ਵਾਲਾ ਹੋਵੇਗਾ ਕਿਉਂਕਿ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਸਰਪ੍ਰੀਤ ਕੌਰ ਜੋ ਕਿ ਐਜ਼ ਅ ਪ੍ਰੋਫੈਸਰ ਜੌਬ ਕਰ ਰਹੇ ਨੇ ਔਰ ਕਾਲਜ ਦੇ ਵਿੱਚ ਪੜ੍ਹਾ ਰਹੇ ਨੇ ਪਰ ਇਹ ਪ੍ਰੋਫੈਸਰ ਬਣਨ ਦਾ ਜਿਹੜਾ ਸਫ਼ਰ ਸੀ ਉਹਨਾਂ ਨੇ ਕਿਸ ਤਰ੍ਹਾਂ ਤੈਅ ਕੀਤਾ ਔਰ ਕਿਹਨਾਂ ਕਿਹਨਾਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਔਰ ਕਿਹੋ ਜਿਹੇ ਹਾਲਾਤ ਰਹੇ ਅਸੀਂ ਉਹਨਾਂ ਤੋਂ ਜਾਣਾਂਗੇ ਗੱਲਬਾਤ ਕਰਾਂਗੇ ਔਰ ਬਿਲਕੁਲ ਜੀ ਮੈਨੂੰ ਉਮੀਦ ਹੈ ਕਿ ਜਿਹੜੇ ਵੀ ਦੇਖਣਗੇ ਸੁਣਨਗੇ ਉਹਨਾਂ ਨੂੰ ਮੋਟੀਵੇਸ਼ਨ ਔਰ ਹੌਸਲਾ ਜਿਹੜਾ ਉਹ ਜ਼ਰੂਰ ਮਿਲੇਗਾ ਕਿਉਂਕਿ ਜ਼ਿੰਦਗੀ ਦੇ ਵਿੱਚ ਕੁਝ ਵੀ ਨਾਮੁਮਕਿਨ ਬਿਲਕੁਲ ਨਹੀਂ ਹੈ ਸੋ ਸਰਪ੍ਰੀਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ ਥੈਂਕ ਯੂ ਮੈਮ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹਾਂਗੀ ਕਿ ਤੁਸੀਂ ਐਜ਼ ਅਸਿਸਟੈਂਟ ਪ੍ਰੋਫੈਸਰ ਜੌਬ ਕਰ ਰਹੇ ਹੋ ਠੀਕ ਹੈ ਔਰ ਇਸ ਸਫ਼ਰ ਜਿਹੜਾ ਸੀ ਕਿੱਦਾਂ ਦਾ ਰਿਹਾ ਔਰ ਕੀ ਫੇਸ ਕਰਨਾ ਪਿਆ ਸੌਖਾ ਸੀ ਨਹੀਂ ਮੈਮ ਸੌਖਾ ਤਾਂ ਨਹੀਂ ਸੀ ਬਟ ਬਹੁਤ ਜ਼ਿਆਦਾ ਡਿਫੀਕਲਟੀ ਸੀ ਕਿਉਂਕਿ ਐਕਚੁਲੀ ਮੈਮ ਮੇਰੇ ਫਾਦਰ ਦੀ ਡੈਥ 2019 ਦੇ ਵਿੱਚ ਹੋ ਗਈ ਸੀ ਉਸ ਤੋਂ ਬਾਅਦ ਵਿੱਚ ਮੈਮ ਮੇਰੀ ਮੰਮਾ ਨੇ ਸਿਰਫ ਸਿੰਗਲ ਮਦਰ ਨੇ ਆਪਣੇ ਬੱਚੇ ਨੂੰ ਪਾਲਣਾ ਮੈਡਮ ਬੜਾ ਮੁਸ਼ਕਿਲ ਹੋ ਜਾਂਦਾ ਸੀ ਠੀਕ ਹੈ ਮੈਮ ਕਿਉਂਕਿ ਉੱਪਰੋਂ ਕੋਈ ਸਹਾਰਾ ਦੇਣ ਵਾਲਾ ਨਹੀਂ ਸੀ ਮੰਮਾ ਨੇ ਕਿਸੇ ਨਾ ਕੋਈ ਡਿਸੀਜ਼ਨ ਲੈਣਾ ਸੀ ਤਾਂ ਮੈਮ ਉਹਨਾਂ ਨੂੰ ਕਿਸੇ ਤੋਂ ਨਿਰਭਰ ਰਹਿਣਾ ਪੈਂਦਾ ਸੀ ਆਲਮੋਸਟ ਕਿ ਸਭ ਨੂੰ ਪੁੱਛਣਾ ਪੈਂਦਾ ਸੀ ਕਿ ਆਹ ਚੀਜ਼ ਇੱਦਾਂ ਕਰਨੀ ਆ ਅਤੇ ਮੈਮ ਇੱਕ ਬਹੁਤ ਜ਼ਿਆਦਾ ਡਿਫੀਕਲਟੀ ਹੋ ਜਾਂਦੀ ਆ ਜਦੋਂ ਇੱਕ ਫਾਦਰ ਚਲੇ ਜਾਂਦਾ ਆ ਛੋਟੀ ਉਮਰ ਦੇ ਵਿੱਚ ਬੱਚੇ ਦੇ ਤਾਂ ਬੱਚੇ ਨੂੰ ਵੀ ਚਾਹੀਦਾ ਆ ਕਿ ਅਸੀਂ ਆਪਣਾ ਜਿਹੜਾ ਫਿਊਚਰ ਬਣਾਉਣਾ ਆ ਉਹਦੇ ਉੱਪਰ ਫੋਕਸ ਕੀਤਾ ਜਾ ਸਕੇ ਔਰ ਫਾਦਰ ਦੀ ਡੈਥ ਕਦੋਂ ਹੋਈ ਸੀ ਤੁਹਾਡੇ ਮੈਮ 2009 ਦੇ ਵਿੱਚ ਹੋਈ ਸੀ ਅਤੇ ਮੈਮ ਉਸ ਟਾਈਮ ਹਾਰਟ ਅਟੈਕ ਆਇਆ ਸੀ ਮੈਮ ਫਾਦਰ ਨੂੰ ਕੁਝ ਬੀਤਿਆ ਸੀ ਦਿਮਾਗ ਦੇ ਵਿੱਚ ਕੀ ਕੁਝ ਆਇਆ ਸੀ ਉਹ ਦਿਨ ਮੈਮ ਉਹ ਈਅਰ ਸਾਡੇ ਲਈ ਬਲੈਕ ਡੇ ਸੀ ਮੈਮ ਇੱਕ ਸਭ ਨੂੰ ਮੈਮ ਕਿਉਂਕਿ ਸਾਡੀ ਲਾਈਫ ਪਹਿਲਾਂ ਬਹੁਤ ਵਧੀਆ ਚੱਲਦੀ ਸੀ ਅਤੇ ਜਿੱਦਾਂ ਮੈਮ ਫਾਦਰ ਦੀ ਡੈਥ ਹੋਈ ਅਤੇ ਮੰਮਾ ਨੂੰ ਬਹੁਤ ਜ਼ਿਆਦਾ ਡਿਫੀਕਲਟੀਜ਼ ਫੇਸ ਕਰਨੀਆਂ ਪਈਆਂ ਉਹ ਸਭ ਸਾਨੂੰ ਵੀ ਫੇਸ ਕਰਨੀਆਂ ਪਈਆਂ ਮੈਮ ਸਾਡਾ ਉਦੋਂ ਤੋਂ ਹੀ ਜਿਹੜਾ ਆ ਲਾਈਫ ਜਿਹੜੀ ਆ ਸਟਰਗਲ ਵਾਲੀ ਸ਼ੁਰੂ ਹੋ ਗਈ ਸੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਮੈਮ ਮੈਂ ਅਸੀਂ ਮੈਮ ਸਕੂਲ ਤੋਂ ਮਤਲਬ ਆਉਂਦੇ ਸੀ ਮੰਮਾ ਨਾਲ ਸਟਿਚਿੰਗ ਦਾ ਕੰਮ ਕਰਵਾਉਂਦੇ ਸੀ ਦੈਨ ਆਪਣੇ ਬ੍ਰਦਰ ਨੇ ਮੈਮ ਥੋੜ੍ਹਾ ਵੱਡਾ ਹੋਇਆ ਉਹਨੂੰ ਅਸੀਂ ਕਿਸੇ ਸ਼ੋਪ 'ਤੇ ਲਗਾਤਾ ਸੀ ਪਾਰਟ ਟਾਈਮ ਦੇ ਲਈ ਤਾਂ ਕਿ ਮੈਮ ਉਹ ਇਹ ਮੇਨ ਮੋਟਿਵ ਮੰਮਾ ਦਾ ਇਹ ਸੀ ਕਿ ਮੇਰਾ ਬ੍ਰਦਰ ਜਿਹੜਾ ਆ ਮਤਲਬ ਕਿ ਨਸ਼ੇ ਪੱਤਿਆਂ ਵਾਲੀ ਸਾਈਡ 'ਤੇ ਨਾ ਜਾ ਸਕੇ ਮੈਮ ਅੱਜ ਮੇਰਾ ਬ੍ਰਦਰ ਅੱਛੀ ਜੋਬ ਕਰ ਰਿਹਾ ਚਲੋ ਇੱਕ ਹਿਸਾਬ ਦਾ ਮੈਮ ਸਾਡਾ ਸਿਸਟਮ ਜਿਹੜਾ ਥੋੜ੍ਹਾ ਚੱਲ ਅੱਗੇ ਨਾਲੋਂ ਬੈਟਰ ਹੋ ਚੁੱਕਾ ਹੋਇਆ ਆ ਠੀਕ ਹੈ ਔਰ ਫੈਮਿਲੀ ਦਾ ਸਪੋਰਟ ਜਿਹੜਾ ਸੀ ਉਹ ਕਿੱਦਾਂ ਦਾ ਰਿਹਾ ਮਤਲਬ ਓਬਵੀਅਸਲੀ ਇਨ-ਲਾਸ ਫੈਮਿਲੀ ਜੋ ਤੁਹਾਡੇ ਮੰਮੀ ਸਾਈਡ ਵੱਲ ਦੇ ਸੀਗੇ ਤੁਹਾਡੇ ਦਾਦਾ ਦਾਦੀ ਆ ਚਾਚਾ ਚਾਚੀ ਤਾਈ ਜੀ ਤਾਇਆ ਜੀ ਭੂਆ ਫੁੱਫੜ ਬਹੁਤ ਸਾਰੇ ਰਿਲੇਟਿਵ ਹੁੰਦੇ ਨੇ ਹਨਾ ਹਾਂਜੀ ਮੈਮ ਉਹਨਾਂ ਨੇ ਕਿੰਨਾ ਕੁ ਸਪੋਰਟ ਕੀਤਾ ਤੁਹਾਨੂੰ
मैम तुसी तां ओही गल करती मैम इन्ना नहीं मतलब सपोर्ट किया मतलब नानका फैमिली ने मैम सानू बहुत सपोर्ट किया जबकि उन्होंने दी हेल्प दे नाल मैम असी इत्थे तकर पहुंचे हाँ मैम साडे मामा जी बाहर से उन्होंने सानू कित मंथली कुछ ना कुछ पे कर दे मतलब पे कर देंदे सी जिदा सारा सिस्टम चल जांदा सी मैम असी एक दिन वह भी देखे साडे घरे 10 रुपए भी नहीं है सी तो मैम साडी मम्मा ने सानू तां वी इह कहा सी आपां मेहनत करके अगे वधना आ और अज मम्मी पापा तुहानू मतलब पापा तो चलो नहीं है गे, है ना? पर जो मम्मी तुहानू देखदे आ ते ओ किद्दां दा महसूस करदे आ की फील करदे आ मैं मम्मा तो मम्मा बहुत अच्छा फील करदे उन्हां नू लगदा कि मेरे बच्चे जड़े आ बहुत नेक निकले आ क्योंकि मैम साडे पेरेंट्स दा मतलब साडे दाद का फैमिली का यह मेन मोटिव सी कि असी इन्हां दे बच्चां नू अगे नहीं वधन देना इन्हां नू बिल्कुल मेहनत वाले नहीं बनाना इह साडे कोलों आण के साडे कोल कुछ मंगणगे मैम साडे दाद का फैमिली चो किसे दा व्यू इह वी सी कि असी इन्हां दे कोलों भीख मंगवानी है इह वर्ड मैम बहुत ज्यादा पिंच कर रहे जे असी मैम इस चीज नू अगे रिप्रेजेंट करदे आ इमोशनल हो गया तुसी ठीक है मतलब ਤੁਸੀਂ ਇੱਕ ਮਿਸਾਲ ਕਾਇਮ ਕੀਤੀ ਆ ਲੋਕਾਂ ਦੇ ਲਈ ਠੀਕ ਹੈ ਜਿਨ੍ਹਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਤੁਹਾਡੇ ਤੋਂ ਭੀਖ ਮੰਗਵਾਉਣੀ ਆ ਤੁਹਾਨੂੰ ਕਹਿ ਲਓ ਕਿ ਆਪਣੇ ਤੋਂ ਹਮੇਸ਼ਾ ਥੱਲੇ ਦੇਖਣਾ ਆ ਉਹਨਾਂ ਦੇ ਜਿਹੜੇ ਕਹਿ ਲਓ ਕਿ ਉਹਨਾਂ ਦੇ ਮੂੰਹ ਦੇ ਉੱਪਰ ਇੱਕ ਚਪੇੜ ਆ ਇਹ ਕਿ ਤੁਸੀਂ ਅੱਜ ਆਪਣੇ ਪੈਰਾਂ ਦੇ ਉੱਪਰ ਖੜੇ ਹੋ ਤੁਹਾਡਾ ਬ੍ਰਦਰ ਤੁਹਾਡੇ ਸਿਸਟਰ ਤੁਹਾਡੇ ਮੰਮੀ ਜਿਹੜੇ ਨੇ ਉਹ ਸਿਰ ਉਠਾ ਕੇ ਚੱਲ ਸਕਦੇ ਔਰ ਤੁਹਾਨੂੰ ਕਿਸੇ ਦੇ ਕੋਲ ਹੱਥ ਅੱਡਣ ਦੀ ਲੋੜ ਨਹੀਂ ਹੈ ਹੈਨਾ ਬਿਲਕੁਲ ਮੈਮ ਬਿਲਕੁਲ ਮੈਮ ਤੁਸੀਂ ਬਿਲਕੁਲ ਸਹੀ ਕਿਹਾ ਮੈਮ ਇਵਨ ਕਿ ਮਤਲਬ ਸਾਨੂੰ ਇਹ ਲੱਗਦਾ ਹੁੰਦਾ ਸੀ ਕਿ ਪਰਮਾਤਮਾ ਨੇ ਸਾਡੀ ਪਤਾ ਨਹੀਂ ਕਿਹੜੀ ਪ੍ਰੀਖਿਆ ਲੈ ਰਿਹਾ ਜਿਹੜੀ ਸਾਨੂੰ ਇਸ ਤੱਕ ਪਹੁੰਚਾ ਰਿਹਾ ਚਲੋ ਹੁਣ ਵੀ ਕਿਤੇ ਨਾ ਕਿਤੇ ਹੈ ਬਟ ਚਲੋ ਥੈਂਕਸ ਮੇਰੀ ਮੰਮਾ ਦਾ ਮੇਰੇ ਮਾਮਾ ਜੀ ਨੂੰ ਦਾ ਦਾਦਾ ਜੀ ਦਾ ਵੀ ਮੈਮ ਥੈਂਕਸ ਕਰਦੇ ਹਾਂ ਬਟ ਮੈਮ ਕਈ ਵਾਰੀ ਸਾਨੂੰ ਆਪਣਾ ਜਿਹੜਾ ਪਾਸਟ ਟਾਈਮ ਨੂੰ ਅਸੀਂ ਜਦੋਂ ਯਾਦ ਕਰਦੇ ਸਾਨੂੰ ਬਹੁਤ ਜ਼ਿਆਦਾ ਡਿਫੀਕਲਟੀਜ਼ ਫੇਸ ਕਰਨੀਆਂ ਪੈਂਦੀਆਂ ਚਲੋ ਪਰਮਾਤਮਾ ਦਾ ਥੈਂਕਸ ਕਰਦੇ ਹਾਂ ਜਿਹਨੇ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ ਆ ਔਰ ਨਾਨਕਿਆਂ ਨੇ ਜਿਹੜਾ ਤੁਸੀਂ ਕਿਹਾ ਕਿ ਬਹੁਤ ਸਪੋਰਟ ਕੀਤਾ ਤੁਹਾਨੂੰ ਬਹੁਤ ਹੈਲਪ ਕੀਤੀ ਹੈ ਨਾ ਹਾਂਜੀ ਮੈਮ ਹਾਂਜੀ ਉਹਨਾਂ ਨੇ ਕਦੀ ਇਹ ਕਿਹਾ ਕਿ ਤੁਹਾਡੀ ਦਾਦਕਾ ਫੈਮਿਲੀ ਜਿਹੜੀ ਆ ਉਹ ਵੀ ਤਾਂ ਹੈਗੀ ਆ ਉਹ ਵੀ ਤਾਂ ਸਪੋਰਟ ਕਰ ਸਕਦੀ ਆ ਕਦੀ ਕੋਈ ਇਦਾਂ ਦਾ ਮੌਕਾ ਆਇਆ ਹੋਵੇ ਜਾਂ ਕੁਛ ਇਦਾਂ ਦਾ ਮੈਮ ਨਹੀਂ ਨਹੀਂ ਮੈਮ ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਫਿਰ ਵੀ ਸਾਨੂੰ ਉਹੀ ਕਰਨ ਦੀ ਸਾਨੂੰ ਆਪਣੇ ਦਾਦਾ ਜੀ ਤੁਸੀਂ ਆਪਣੇ ਦਾਦਾ ਜੀ ਦੀ ਸੇਵਾ ਕਰੋ ਉਹ ਤੁਹਾਡੇ ਗੁਰੂ ਦੀ ਤਰ੍ਹਾਂ ਆ ਬਟ ਮੈਮ ਸਾਨੂੰ ਕਦੇ ਵੀ ਇਦਾਂ ਨਹੀਂ ਡੀਮੋਟੀਵੇਟ ਨਹੀਂ ਕੀਤਾ ਉਹਨਾਂ ਨੇ ਸਾਨੂੰ ਮੋਟੀਵੇਟ ਹੀ ਹਮੇਸ਼ਾ ਕੀਤਾ ਆ ਔਰ ਅੱਗੇ ਫਿਊਚਰ ਦਾ ਕੀ ਸੋਚਿਆ ਹੋਇਆ ਤੁਸੀਂ ਮਤਲਬ ਜੋਬ ਕਰ ਰਹੇ ਹੋ ਤੁਸੀਂ ਵੀ ਤੁਹਾਡਾ ਬ੍ਰਦਰ ਵੀ ਹੈ ਨਾ ਪਰ ਇਸ ਤੋਂ ਇਲਾਵਾ ਵੀ ਬੰਦੇ ਦੇ ਬਹੁਤ ਖੁਆਬ ਹੁੰਦੇ ਨੇ ਕਿ ਮੈਂ ਆਹ ਕਰਨਾ ਆ ਮੈਂ ਉਹ ਕਰਨਾ ਤੇ ਇਦਾਂ ਦਾ ਕੀ ਸੋਚਿਆ ਹੋਇਆ ਕੀ ਕਰਨਾ ਮੈਂ ਬਸ ਇੱਦਾਂ ਦਾ ਇਹੀ ਸੋਚਿਆ ਕਿ ਆਪਣੀ ਮੰਮਾ ਨੂੰ ਜੋ ਉਹਨਾਂ ਦੇ ਮਤਲਬ ਉਹਨਾਂ ਨੇ ਆਪਣੇ ਪਾਸ ਦੇ ਵਿੱਚ ਪ੍ਰੋਬਲਮ ਫੇਸ ਕੀਤੀਆਂ ਆ ਪਹਿਲਾਂ ਤਾਂ ਸਾਨੂੰ ਉਹਦੇ ਜੋ ਉਹਨਾਂ ਦਾ ਸਪਨਾ ਆ ਉਹਨਾਂ ਨੂੰ ਪੂਰਾ ਕਰਨਾ ਮੈਂ ਆਪਣੇ ਮੈਨੂੰ ਇਹ ਆ ਕਿ ਮੈਂ ਆਪਣੇ ਬ੍ਰਦਰ ਦੀ ਕਿਤੇ ਨਾ ਕਿਤੇ ਹਰ ਜਗ੍ਹਾ ਤੇ ਦੀ ਹੈਲਪ ਕਰਾਂ ਤਾਂ ਕਿ ਮੈਂ ਆਪਣੇ ਬ੍ਰਦਰ ਨੂੰ ਹਰ ਚੀਜ਼ ਕਿਉਂਕਿ ਉਹਨੇ ਆਪਣਾ ਬਚਪਨ ਜਿਹੜਾ ਮੈਂ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਫੇਸ ਕੀਤਾ ਹੋਇਆ ਅਸੀਂ ਉਹਨਾਂ ਨੂੰ ਹਰ ਖੁਸ਼ੀ ਦੇਣਾ ਚਾਹੁੰਦੇ ਹਾਂ ਆਪਣੀ ਮੰਮਾ ਨੂੰ ਆਪਣੇ ਬ੍ਰਦਰ ਨੂੰ ਵੀ ਮੈਂ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਮਤਲਬ ਇੰਨੇ ਅੱਛੇ ਸੰਸਕਾਰ ਰੱਖਦੇ ਹੋ ਨਹੀਂ ਤਾਂ ਅੱਜ ਦੇ ਟਾਈਮ ਦੇ ਵਿੱਚ ਇਹ ਹੁੰਦਾ ਕਿ ਠੀਕ ਹੈ ਕਿਸੇ ਨੇ ਕੀਤਾ ਕੋਈ ਗੱਲ ਨਹੀਂ ਨਹੀਂ ਤੇ ਨਾ ਸੀ ਮਤਲਬ ਆਪਣੇ ਪੇਰੈਂਟਸ ਬਾਰੇ ਕੋਈ ਵੀ ਨਹੀਂ ਸੋਚਦਾ ਹੈ ਨਾ ਤੁਸੀਂ ਇਹੋ ਜਿਹੀਆਂ ਸਿਚੁਏਸ਼ਨਸ ਦੇ ਵਿੱਚ ਰਹੇ ਔਰ ਜਦੋਂ ਤੁਸੀਂ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਹੋ ਹੈ ਨਾ ਬਹੁਤ ਕੁਝ ਦੇਖਣਾ ਪੈਂਦਾ ਹੈ ਬਹੁਤ ਕੁਝ ਸੋਚਣਾ ਪੈਂਦਾ ਔਰ ਬਹੁਤ ਬੰਦਿਸ਼ਾਂ ਵੀ ਹੁੰਦੀਆਂ ਹੈ ਕਿਉਂਕਿ ਜਿਵੇਂ ਤੁਸੀਂ ਪਰਮਿਸ਼ਨ ਦੀ ਗੱਲ ਕੀਤੀ ਕਿ ਹਰ ਇੱਕ ਤੋਂ ਪਰਮਿਸ਼ਨ ਲੈਣੀ ਪੈਂਦੀ ਔਰ ਜਿਹੜਾ ਦੱਬਿਆ ਹੁੰਦਾ ਉਹਨੂੰ ਹਰ ਕੋਈ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਨਾ ਔਰ ਅੱਜ ਜਦੋਂ ਤੁਹਾਡੇ ਰਿਲੇਟਿਵ ਜਿਹੜੇ ਨੇ ਹਾਂਜੀ ਮੈਮ ਮਿਲਦੇ ਨੇ ਤੇ ਉਹਨਾਂ ਦਾ ਕੀ ਐਕਸਪ੍ਰੈਸ਼ਨਸ ਹੁੰਦੇ ਨੇ ਕੀ ਉਹਨਾਂ ਦੇ ਭਾਵ ਹੁੰਦੇ ਨੇ ਤੁਹਾਡੇ ਪ੍ਰਤੀ ਮੈਮ ਪਹਿਲਾਂ ਤਾਂ ਸਾਨੂੰ ਮਤਲਬ ਕਿ ਸਾਡੇ ਮਤਲਬ ਆਉਂਦੇ ਨਹੀਂ ਸੀ ਹੈ ਨਾ ਚਲੋ ਆਉਣਾ ਸੀ ਤਾਂ ਸਿਰਫ ਮੈਮ ਸਿਰਫ ਸਾਨੂੰ ਪਾਣੀ ਪੀ ਕੇ ਚਲੇ ਜਾਣਾ ਸੀ ਮੈਮ ਅੱਜ ਉਹੀ ਰਿਸ਼ਤੇਦਾਰ ਜਿਹੜੇ ਮੈਮ ਸਾਡੇ ਘਰੇ ਨਹੀਂ ਸੀ ਚਾਹ ਵਗੈਰਾ ਪੀਂਦੇ ਅੱਜ ਉਹੀ ਸਾਡੇ ਘਰੇ ਚਾਹ ਵਗੈਰਾ ਰੋਟੀ ਪਾ ਕੇ ਖਾ ਕੇ ਜਾਂਦੇ ਆ ਔਰ ਮੈਮ ਜਿੰਨਾ ਸਾਡੇ ਕੋਲ ਹੋ ਸਕਦਾ ਸੀ ਉਹਨਾਂ ਦੀ ਸੇਵਾ ਕਰਦੇ ਸੀ ਇਹ ਨਹੀਂ ਕਹਿੰਦੇ ਕਿ ਸਾਡੇ ਨਾਲ ਉਹਨਾਂ ਨੇ ਪਾਸ ਵਿੱਚ ਕੀ ਕੀਤਾ ਸਾਡੀ ਮੰਮਾ ਦਾ ਇਹੀ ਵਿਊ ਹੁੰਦਾ ਮੇਰੀ ਮੰਮਾ ਦਾ ਕਿ ਕੋਈ ਨਾ ਪਰਮਾਤਮਾ ਦੇਖਦਾ ਆ ਜੇ ਅੱਜ ਆਪਾਂ ਇੱਥੇ ਤੱਕ ਪਹੁੰਚੇ ਆ ਪਰਮਾਤਮਾ ਨੇ ਆਪਣੇ ਆਪ ਨੂੰ ਅੱਗੇ ਤੱਕ ਲੈ ਕੇ ਜਾਣਾ ਆਪਾਂ ਕਿਸੇ ਦਾ ਬੁਰਾ ਨਹੀਂ ਤੱਕਣਾ ਨਾ ਆਪਾਂ ਕਿਸੇ ਨੂੰ ਕਹਿਣਾ ਕੁਛ ਵੀ ਬਿਲਕੁਲ ਔਰ ਤੁਸੀਂ ਦੱਸਿਆ ਕਿ ਰਿਲੇਟਿਵਸ ਆਉਂਦੇ ਨੇ ਘਰ ਹੈ ਨਾ ਖਾ ਪੀ ਕੇ ਜਾਂਦੇ ਨੇ ਪਰ ਕਦੀ ਕੋਈ ਇੱਕ ਅੱਧਾ ਦਿਨ ਸੀਗਾ ਜਦੋਂ ਤਿਉਹਾਰ ਆਉਂਦੇ ਨੇ ਫੈਸਟੀਵਲਸ ਆਉਂਦੇ ਨੇ ਤੇ ਹਰ ਘਰ ਦੇ ਵਿੱਚ ਹੁੰਦਾ ਕਿ ਚਾਹ ਹੁੰਦਾ ਕਿ ਅਸੀਂ ਆਹ ਕਰਨਾ ਜਾਂ ਇਹ ਚੀਜ਼ਾਂ ਲੈ ਕੇ ਆਉਣੀਆਂ ਨੇ ਤੇ ਉਹਨਾਂ ਨੇ ਕਦੀ ਕਿਹਾ ਸੀਗਾ ਕਿ ਚਲੋ ਕੋਈ ਗੱਲ ਨੀ ਉਹਨਾਂ ਨੂੰ ਵੀ ਨਾਲ ਰਲਾ ਲਈਏ ਜਾਂ ਨਾਲ ਲੈ ਜਾਈਏ ਨਹੀਂ ਨਹੀਂ ਮੈਮ ਇੱਦਾਂ ਦਾ ਕੁਛ ਨਹੀਂ ਮੈਮ ਇੱਦਾਂ ਦਾ ਕਦੀ ਮੈਮ ਚਲੋ ਮੇਰੇ ਨਾਨਕਾ ਫੈਮਿਲੀ ਨੇ ਤੁਹਾਨੂੰ ਹੈਲਪ ਕੀਤੀ ਮੈਮ ਹਰ ਫੈਸਟੀਵਲ ਸਾਨੂੰ ਕੁਛ ਨਾ ਕੁਛ ਮਤਲਬ ਜਿੱਦਾਂ ਦੀਵਾਲੀ ਆ ਗਈ ਜਾਂ ਕੁਛ ਵੀ ਮੇਰੇ ਮਾਮਾ ਜੀ ਨੇ ਸਾਨੂੰ ਆਪਣੀ ਤਨਖਾਹ ਦੇ ਵਿੱਚ ਕੁਛ ਨਾ ਕੁਛ ਪੈਸੇ ਸਾਨੂੰ ਦੇ ਦੇਣੇ ਅਸੀਂ ਉਹਨੂੰ ਉਸ ਦੇ ਅਕੋਰਡਿੰਗਲੀ ਮੈਨੇਜ ਕਰ ਲੈਣਾ ਬਟ ਸਾਡੇ ਨਾਨਕਾ ਫੈਮਿਲੀ ਦਾਦਕਾ ਫੈਮਿਲੀ ਵੱਲੋਂ ਮੈਮ ਕਿਸੇ ਨੇ ਨਹੀਂ ਕੀਤਾ ਈਵਨ ਮੈਮ ਉਹਨਾਂ ਦਾ ਇਹ ਵਿਊ ਸੀ ਕਿ ਤੁਸੀਂ ਇੰਨਾ ਪੜ੍ਹ ਕੇ ਕੀ ਕਰਨਾ ਆ ਮੈਮ ਮੇਰੇ ਬ੍ਰਦਰ ਨੇ ਵੀ ਗ੍ਰੈਜੂਏਸ਼ਨ ਕੀਤੀ ਮੈਂ ਵੀ ਪੋਸਟ ਗ੍ਰੈਜੂਏਸ਼ਨ ਔਰ ਮੇਰੀ ਸਿਸਟਰ ਨੇ ਪੋਸਟ ਗ੍ਰੈਜੂਏਸ਼ਨ
ਸਿਚੁਏਸ਼ਨ ਮੈਮ ਦੇਖੋ ਮੇਰੀ ਸਿੰਗਲ ਮਦਰ ਨੇ ਆਪਣਾ ਜਿਹੜਾ ਸਟਰਗਲ ਵਾਲੀ ਲਾਈਫ ਦੇ ਵਿੱਚ ਵੀ ਕਿੱਦਾਂ ਸਾਨੂੰ ਇੱਥੇ ਪੜ੍ਹਾਇਆ ਅਸੀਂ ਇਹੀ ਸਭ ਨੂੰ ਇਹ ਮੋਟੀਵੇਟ ਕਰਾਂਗੇ ਕਿ ਅਬ ਤੁਸੀਂ ਵੀ ਆਪਣੇ ਫਿਰ ਮੰਮਾ ਦੇ ਨਾਲ ਜਿਹੜੇ ਸਿੰਗਲ ਮਦਰ ਹੁੰਦੇ ਆ ਬੱਚਿਆਂ ਨੂੰ ਚਾਹੀਦਾ ਆਪਣੀ ਮੰਮਾ ਨਾਲ ਹਮੇਸ਼ਾ ਫਰੈਂਡਲੀ ਰਹੋ ਹਰ ਗੱਲ ਸ਼ੇਅਰ ਕਰੋ ਕੋਈ ਵੀ ਗੱਲ ਛਪਾਓ ਨਾ ਕਿਉਂਕਿ ਉਹਨਾਂ ਉਹ ਆਪਣੇ ਆਪਣੇ ਸਿਰ 'ਤੇ ਜ਼ਿੰਦਗੀ ਜੀਉ ਰਹੇ ਆ ਔਰ ਸਰਪ੍ਰੀਤ ਤੁਹਾਨੂੰ ਲੱਗਦਾ ਕਿ ਤੁਹਾਡੇ ਸਿਰ 'ਤੇ ਇਸ ਟਾਈਮ ਹੋਰ ਵੀ ਰਿਸਪੋਂਸਿਬਿਲਿਟੀਜ਼ ਨੇ ਮੰਮਾ ਹਾਂਜੀ ਮੈਮ ਬਿਲਕੁਲ ਹੈ ਮੈਮ ਫਸਟ ਆਫ ਆਲ ਤਾਂ ਬ੍ਰਦਰ ਦੀ ਤਾਂ ਹੈਲਪ ਕਰਨੀ ਔਰ ਮੰਮਾ ਨੂੰ ਵੀ ਹਰ ਚੀਜ਼ ਜਿੱਦਾਂ ਮੰਮਾ ਨੂੰ ਹਰ ਚੀਜ਼ ਦੇਣੀ ਲੈ ਕੇ ਦੇਣੀ ਇਹ ਨਹੀਂ ਕਰਨਾ ਜੇ ਮੰਮਾ ਨੂੰ ਮਨ ਕੀਤਾ ਕਈ ਵਾਰੀ ਕੀ ਹੁੰਦਾ ਮਦਰ ਦਾ ਮੇਨ ਮੋਟਿਵ ਕੀ ਹੁੰਦਾ ਕੋਈ ਗੱਲ ਨਹੀਂ ਮੇਰੇ ਬੱਚੇ ਕਰ ਲੈਣਗੇ ਬਟ ਆਪਾਂ ਮੰਮਾ ਨੂੰ ਕੀ ਕਰਦੇ ਆਪਣੇ ਵਿੱਚੋਂ ਮੰਮਾ ਨਹੀਂ ਤੁਸੀਂ ਵੀ ਖਾਓ ਜੇ ਕੋਈ ਚੀਜ਼ ਲਈ ਹੈ ਤਾਂ ਮੰਮਾ ਨੇ ਕਹਿਣਾ ਨਹੀਂ ਤੁਸੀਂ ਖਾ ਲਓ ਆਪਾਂ ਆਪਣੀ ਮੰਮਾ ਨੂੰ ਵੀ ਲੈ ਕੇ ਦਿੰਦੇ ਹਾਂ ਖਾਣ ਦੇ ਲਈ ਵੀ ਦੇ ਦਿੰਦੇ ਕੁਛ ਲੈ ਕੇ ਦੇਣਾ ਆ ਹਨਾ ਮੈਂ ਫਸਟ ਆਫ ਆਲ ਮੇਰੀ ਪ੍ਰਾਇਓਰਟੀ ਹੁੰਦੀ ਕਿ ਮੈਂ ਆਪਣੀ ਮੰਮਾ ਨੂੰ ਹਰ ਚੀਜ਼ ਲੈ ਕੇ ਦੇਵਾਂ ਕਿਉਂਕਿ ਮੈਨੂੰ ਹੁੰਦਾ ਕਿ ਮੰਮਾ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਆ ਤੇ ਅਸੀਂ ਜੇ ਉਹਨਾਂ ਦੇ ਸੁਪਨੇ ਨਾ ਪੂਰੇ ਕਰ ਪਾਏ ਸ਼ਾਇਦ ਅਸੀਂ ਵੀ ਕੀ ਕਰ ਸਕਦੇ ਹਾਂ ਤੇ ਕਦੀ ਇੱਦਾਂ ਹੋਇਆ ਕਿ ਕਿਸੇ ਨੇ ਗਲਤ ਰਸਤਾ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਵੇ ਤੁਹਾਨੂੰ ਜਾਂ ਤੁਹਾਡੇ ਬ੍ਰਦਰ ਨੂੰ ਮੈਮ ਬਿਲਕੁਲ ਮੈਮ ਜਦੋਂ ਮੇਰੇ ਬ੍ਰਦਰ ਨੇ ਪਲੱਸ ਟੂ ਪਾਸ ਆਊਟ ਕੀਤੀ ਸੀ ਸਾਡੇ ਨੌਨ ਚ ਕੋਈ ਸੀ ਉਹ ਕਹਿ ਰਹੇ ਸੀ ਤੂੰ ਕੀ ਕਰਨਾ ਅੱਗੇ ਪੜ੍ਹ ਕੇ ਤੂੰ ਆਰਾਮ ਦੇ ਨਾਲ ਐਸ਼ ਮਸਤੀ ਕਰ ਬਟ ਮੈਮ ਫਿਰ ਸਾਡਾ ਇਹ ਵਿਊ ਸੀ ਮੰਮਾ ਦਾ ਤਾਂ ਮੇਰਾ ਇਹ ਥਿੰਕਿੰਗ ਮਤਲਬ ਕਹਿਣਾ ਸੀ ਕਿ ਕਿਉਂ ਉਹਨੂੰ ਨਹੀਂ ਪਤਾ ਮੇਰੀ ਰਿਸਪੋਂਸੀਬਿਲਿਟੀਜ਼ ਅਸੀਂ ਦੋ ਸਿਸਟਰਸ ਆ ਉਹਦੀਆਂ ਅਨਮੈਰਿਡ ਆ ਉਹਦੇ ਘਰ ਦੀ ਰਿਸਪੋਂਸੀਬਿਲਿਟੀਜ਼ ਕਿੱਦਾਂ ਆਉਣਾ ਜਾਣਾ ਮੈਮ ਮਤਲਬ ਕਿ ਮੇਰੇ ਬ੍ਰਦਰ ਨੂੰ ਡੀਮੋਟੀਵੇਟ ਕਰਨਾ ਹਰ ਟਾਈਮ ਦੇ ਵਿੱਚ ਮੈਮ ਫਿਰ ਉਹਨੇ ਉਹ ਬੱਚਾ ਸੀ ਉਹਨੂੰ ਨਹੀਂ ਸੀ ਇੰਨਾ ਪਤਾ ਬਟ ਅਸੀਂ ਟਾਈਮ ਟਾਈਮ ਉਹਨੂੰ ਸੰਭਾਲ ਲਿਆ ਤਾਂ ਕਿ ਮੈਮ ਅੱਗੇ ਫਿਊਚਰ ਦੇ ਲਈ ਉਹ ਬੈਸਟ ਨਿਕਲ ਸਕੇ ਸਰਪ੍ਰੀਤ ਮੈਂ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹਾਂਗੀ ਕਿ ਕਈ ਵਾਰੀ ਹੁੰਦਾ ਕਿ ਜੇ ਫੈਮਿਲੀ ਦੇ ਵਿੱਚ ਲੇਡੀ ਹੈ ਤਾਂ ਇਹ ਸੋਚ ਲਿਆ ਜਾਂਦਾ ਕਿ ਇਹ ਡਿਸੀਜਨ ਨਹੀਂ ਲੈ ਸਕਦੀ ਸੋ ਤੁਹਾਡੇ ਮੰਮੀ ਦੇ ਨਾਲ ਵੀ ਕਦੀ ਇਦਾਂ ਹੋਇਆ ਸੀ ਕਿ ਉਹਨਾਂ ਨੇ ਕੋਈ ਫੈਸਲਾ ਲੈਣਾ ਹੁੰਦਾ ਸੀ ਆਪਣੇ ਬੱਚਿਆਂ ਦੇ ਲਈ ਤੇ ਫਿਰ ਉਹਨਾਂ ਨੂੰ ਕਿੰਨੀਆਂ ਜਣਿਆਂ ਤੋਂ ਪੁੱਛਣਾ ਪੈਂਦਾ ਸੀ ਸਲਾਹ ਲੈਣੀ ਪੈਂਦੀ ਸੀ ਔਰ ਕੋਈ ਵੀ ਕਹਿ ਲਓ ਕਿ ਸਪੋਰਟ ਨਹੀਂ ਕਰਦਾ ਸੀ ਹਾਂਜੀ ਮੈਮ ਕਾਫੀ ਇੱਦਾਂ ਦੇ ਸੀ ਮੈਮ ਜਦੋਂ ਕਈ ਵਾਰੀ ਮੰਮਾ ਮੇਰੇ ਬਿਲਕੁਲ ਸਹੀ ਵੀ ਹੁੰਦੇ ਸੀ ਡਿਸੀਜਨ ਨੂੰ ਲੈ ਕੇ ਬਟ ਕੀ ਹੁੰਦਾ ਸੀ ਉਹ ਸਭ ਦੇ ਜਿਹੜੇ ਡਿਸੀਜਨ ਲੱਗਦਾ ਸੀ ਉਹਨਾਂ ਨੂੰ ਉਹ ਕਹਿੰਦੇ ਸੀ ਕਿ ਸ਼ਾਇਦ ਨਹੀਂ ਇਹ ਗਲਤ ਆ ਮੈਂ ਮੇਰੇ ਮੋਟਿਵ ਕਿ ਮੇਰੀ ਮੰਮਾ ਨੂੰ ਹਮੇਸ਼ਾ ਕੀ ਕਹਿੰਦੇ ਸੀ ਗਲਤ ਸਾਬਿਤ ਕਰਦੇ ਸੀ ਬਿਲਕੁਲ ਸਹੀ ਹੋਣ ਦੇ ਬਾਵਜੂਦ ਵੀ ਉਹ ਗਲਤ ਠਹਿਰਾਉਂਦੇ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਇਹ ਵਿਚਾਰੇ ਕਿੱਥੋਂ ਕਰ ਲੈਣਗੇ ਇਹ ਵਿਚਾਰੇ ਕਿੱਦਾਂ ਕਰ ਲੈਣਗੇ ਮੈਮ ਉਹਨਾਂ ਦਾ ਇਹੀ ਮੇਨ ਮੋਟਿਵ ਸੀ ਕਿ ਮੇਰੀ ਮੰਮਾ ਨੂੰ ਡੀਮੋਟੀਵੇਟ ਕਰਕੇ ਨੀਚੇ ਬਿਠਾਉਣਾ ਤਾਂ ਕਿ ਅਸੀਂ ਆਪਣੀਆਂ ਜਿਹੜੀਆਂ ਅੱਗੇ ਲੈ ਕੇ ਚੱਲੀਏ ਬਟ ਮੈਮ ਮੇਰੀ ਮੰਮਾ ਦੀ ਇੰਨੀ ਹਿੰਮਤ ਆ ਮੇਰੀ ਮੰਮਾ ਨੇ ਹਰ ਡਿਸੀਜਨ ਲੈਣ ਤੋਂ ਪਹਿਲਾਂ ਸਾਡੇ ਨਾਲ ਡਿਸਕਸ ਕਰਨਾ ਕਿ ਇੱਦਾਂ ਹੋ ਸਕਦਾ ਆ ਫਿਰ ਉਹ ਤੋਂ ਬਾਅਦ ਵਿੱਚ ਫਰਦਰ ਆਪਣਾ ਜੋ ਫਾਈਨਲ ਡਿਸੀਜਨ ਆ ਉਹ ਲੈ ਲੈਣਾ ਆ ਮੈਮ ਚਲੋ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇੱਕ ਸਿੰਗਲ ਲੇਡੀ ਦੇ ਲਈ ਬਹੁਤ ਜ਼ਿਆਦਾ ਡਿਫੀਕਲਟੀਜ਼ ਹੁੰਦੀਆਂ ਕਿਉਂਕਿ ਮੈਂ ਮੇਰੀ ਮੰਮਾ ਦੀ ਜਿਹੜੀ ਇੱਕ ਜਵਾਨੀ ਟਾਈਮ ਸੀ ਉਸ ਟਾਈਮ ਦੇ ਵਿੱਚ ਹਨਾ ਜਵਾਨੀ ਦੇ ਵਿੱਚ ਇੱਕ ਹਸਬੈਂਡ ਦਾ ਜਾਣਾ ਉਹਨਾਂ ਨੂੰ ਲੋਕਾਂ ਦਾ ਤਾਨਾ ਮੇਰੇ ਨਾਲ ਸੁਣਨਾ ਬੜਾ ਜ਼ਿਆਦਾ ਔਖਾ ਲੱਗਦਾ ਹੁੰਦਾ ਸੀ ਹਨਾ ਚਲੋ ਫਿਰ ਵੀ ਮੇਰੀ ਮੰਮਾ ਨੇ ਬਹੁਤ ਹਿੰਮਤ ਕੀਤੀ ਉਹਨਾਂ ਨੇ ਇਹ ਸੋਚਿਆ ਕਿ ਜੇ ਮੈਂ ਲੋਕਾਂ ਵਾਂ ਸੋਚਾਂਗੀ ਤਾਂ ਮੈਂ ਆਪਣੇ ਬੱਚਿਆਂ ਨੂੰ ਕਿੱਦਾਂ ਪਾਲਾਂਗੀ ਉਹ ਚੀਜ਼ਾਂ ਮੈਮ ਮੇਰੀ ਮੰਮਾ ਨੂੰ ਜੇ ਕੁਛ ਵੀ ਕਰਨਾ ਮੰਮਾ ਨੂੰ ਕਹਿਣਾ ਲੈ ਇਹਨਾਂ ਦਾ ਤਾਂ ਹਸਬੈਂਡ ਨਹੀਂ ਹੈਗਾ ਆਪਾਂ ਮੰਮਾ ਨੂੰ ਇਹੀ ਕਿਹਾ ਮੰਮਾ ਫਿਰ ਕੀ ਹੋਇਆ ਜੇ ਹਸਬੈਂਡ ਨਹੀਂ ਹੈਗੇ ਅਸੀਂ ਤੁਹਾਡੇ ਲਈ ਹੈਗੇ ਹਾਂ ਅਸੀਂ ਤੁਹਾਡੇ ਲਈ ਹੈਗੇ ਹਾਂ ਸਾਨੂੰ ਅਸੀਂ ਤੁਹਾਨੂੰ ਦੇਖਾਂਗੇ ਤੁਸੀਂ ਇੰਨੀ ਟੈਨਸ਼ਨ ਨਾ ਲਓ ਤੁਹਾਨੂੰ ਜੋ ਦਿਲ ਗਿਆ ਤੁਸੀਂ ਉਹ ਪਾਓ ਕੱਪੜੇ ਵਗੈਰਾ ਇੱਦਾਂ ਦੀ ਕੋਈ ਟੈਨਸ਼ਨ ਨਹੀਂ ਲੈਣ ਦੀ ਲੋੜ ਹੈਗੀ ਫਿਰ ਮੈਮ ਮੇਰੀ ਮੰਮਾ ਨੂੰ ਥੋੜ੍ਹਾ ਸੀ ਮੋਟੀਵੇਟ ਕੀਤਾ ਮੋਟੀਵੇਟ ਕਰਨ ਦਾ ਮੇਰਾ ਮਤਲਬ ਸੀ ਕਿ ਜਦੋਂ ਕਿ ਮੇਰੇ ਫਾਦਰ ਦੀ ਮੈਮ ਈਵਨ ਕਿ ਜਦੋਂ ਮੇਰੇ ਫਾਦਰ ਦੀ ਡੈਥ ਡੇਟ ਹੁੰਦਾ ਨਾ 2 July ਤੇ ਮੈਮ ਉਸ ਦਿਨ ਰਾਤ ਦੇ ਵਿੱਚ ਤੇ ਉਸ ਦਿਨ ਦਾ ਮੈਮ ਸਾਡੇ ਘਰ ਦੇ ਵਿੱਚ ਬਿਲਕੁਲ ਸੰਨਮਸਾਨ ਹੁੰਦੀ ਆ ਮੇਰੇ ਬ੍ਰਦਰ ਔਰ ਮੈਂ ਅਸੀਂ ਆਪਸ ਵਿੱਚ ਇੱਦਾਂ ਮੀਟ ਨਹੀਂ ਕਰਦੇ ਕਿ ਮੰਮਾ ਨੂੰ ਪਤਾ ਨਾ ਲੱਗ ਸਕੇ ਚਲੋ ਮੰਮਾ ਨੂੰ ਯਾਦ ਵੀ ਹੁੰਦਾ ਆ ਬਟ ਮੈਮ ਅਸੀਂ ਉਹ ਦਿਨ ਤੇ ਉਹ ਰਾਤ ਬਿਲਕੁਲ ਚੁੱਪ ਚਪੀਤੇ ਨੰਘਾ ਦਿੰਦੇ ਹਾਂ ਕਿਉਂਕਿ ਅਸੀਂ ਸੋਚਿਆ ਸਾਡੀ ਮੰਮਾ ਨੂੰ ਉਹ ਵਾਲਾ ਦਿਨ ਫਿਰ ਨਾ ਯਾਦ ਆ ਜਾਵੇ ਚਲੋ ਹੁੰਦਾ ਮੈਮ ਇੱਕ ਲਾਈਫ ਪਾਰਟਨਰ ਹੀ ਹੁੰਦਾ ਜੋ ਆਪਣੇ ਡਿਸੀਜਨ ਲੈ ਸਕਦਾ ਆ ਹਨਾ ਆਪਣੇ ਨਾਲ ਕਿਉਂਕਿ 99% ਤਾਂ ਜਿਹੜੀ ਵਾਈਫ ਉਹ ਆਪਣੇ ਹਸਬੈਂਡ ਦੇ ਉੱਪਰ ਡਿਪੈਂਡੈਂਟ ਹੁੰਦੀ ਆ ਹਨਾ ਤੇ ਬਾਕੀ ਮੈਮ ਜਦੋਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਸਾਡੇ ਫਾਦਰ ਦੀ ਡੈਥ ਹੋਣ ਤੋਂ ਬਾਅਦ ਜਿੰਨਾ ਅਸੀਂ ਸਟਰਗਲ ਕੀਤਾ ਆ ਪਰਮਾਤਮਾ ਕਿਸੇ ਨੂੰ ਇੰਨਾ ਸਟਰਗਲ ਨਾ ਕਰਨਾ ਪਵੇ ਬੱਚਿਆਂ ਨੂੰ ਠੀਕ ਹੈ ਔਰ ਕਦੀ ਜਿਹੜੇ ਤੁਹਾਡੇ ਤੁਸੀਂ ਦੱਸਿਆ ਕਿ ਦਾਦਕਾ ਸਾਈਡ ਤੋਂ ਜਿਹੜੇ ਓਬਵੀਅਸਲੀ ਚਾਚਾ ਜੀ ਦੇ ਜਾਂ ਤਾਇਆ ਜੀ ਦੇ ਜਾਂ ਭੂਆ ਦੇ ਹੋਰ ਬੱਚੇ ਸੀਗੇ ਉਹਨਾਂ ਨੇ ਕਦੀ ਤੁਹਾਡੇ ਨਾਲ ਫਰੈਂਡਲੀ ਬਿਹੇਵੀਅਰ ਰੱਖਿਆ ਜਾਂ ਤੁਹਾਡੇ ਨਾਲ ਰਹੇ ਆ ਜਾਂ ਖੇਡੇ ਕੁਛ ਇਦਾਂ ਦਾ ਮੈਮ ਉਸ ਟਾਈਮ ਤਾਂ ਖੇਡੇ ਸੀ ਮਤਲਬ ਉਹੀ ਨਾ ਮਤਲਬ ਕਿ ਡੀਮੋਟੀਵੇਟ ਕਰਨ ਵਾਲਾ ਹਿਸਾਬ ਹੁੰਦਾ ਸੀ ਮੈਮ ਜਿੱਦਾਂ ਕਿ ਉਹਨਾਂ ਨੇ ਕੋਈ ਵੀ ਕੱਪੜੇ ਪਾ ਲੈਣੇ ਠੀਕ ਹੈ ਮੈਮ ਅਸੀਂ ਥੋੜੇ ਹਲਕੇ ਪਾ ਲੈਣੇ ਜਾਂ ਕਹਿ ਲਓ ਹਨਾ ਜਾਂ ਕੁਛ ਵੀ ਆ ਤੇ ਮੈਮ ਸਾਨੂੰ ਡੀਮੋਟੀਵੇਟ ਕਰੀ ਜਾਣਾ ਸਾਨੂੰ ਹਮੇਸ਼ਾ ਨੀਚਾ ਦਿਖਾਈ ਜਾਣਾ ਤਾਂ ਕਿ ਅਸੀਂ ਗਰੀਬ ਆ ਠੀਕ ਹੈ ਉਹਨਾਂ ਨੇ ਸਾਨੂੰ ਕਹਿਣਾ ਕੋਈ ਗੱਲ ਨਹੀਂ ਤੁਸੀਂ ਵੀ ਕਈ ਵਾਰੀ ਪਾਉਂਗੇ ਹੀ ਤੁਸੀਂ ਇੰਨਾ ਪੜ੍ਹ ਕੇ ਕੀ ਕਰਨਾ ਆ ਯਾਰ ਤੁਸੀਂ ਆਰਾਮ ਨਾਲ ਇੰਜੋਏ ਕਰੋ ਮੈਮ ਉਹਨਾਂ ਦਾ ਇਹੀ ਵਿਊ ਹੁੰਦਾ ਸੀ ਠੀਕ ਆ ਮਤਲਬ ਬੱਚੇ ਵੀ ਜਿਹੜੇ ਸੀ ਉਹਨਾਂ ਨੂੰ ਵੀ
ਤੁਸੀਂ ਹੋਰ ਜਿਹੜਾ ਯੂਥ ਹੈ, ਮਤਲਬ ਬਹੁਤ ਸਾਰੇ ਬੱਚੇ ਇਦਾਂ ਦੇ ਨੇ ਮਤਲਬ ਕਿ ਜਿਹਨਾਂ ਦੇ ਫਾਦਰਸ ਨਹੀਂ ਨੇ ਜਾਂ ਮਦਰ ਨੂੰ ਸਟਰਗਲ ਕਰਨਾ ਪੈਂਦਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਮ, ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਪਹਿਲਾਂ ਤਾਂ ਆਪਣੀ ਮੰਮਾ ਦੀ ਹਰ ਗੱਲ ਦੇ ਨਾਲ ਐਗਰੀ ਰਹੋ, ਆਪਣੇ ਫਰੈਂਡਸ ਨੂੰ, ਆਪਣੇ ਸਭ ਨੂੰ ਮੋਟੀਵੇਟ ਇਹ ਕਰਦੀ ਹਾਂ ਕਿ ਆਪਣੇ ਹਰ ਜਗ੍ਹਾ ਦੇ ਉੱਪਰ ਆਪਣੀ ਮਦਰ ਦਾ ਸਪੋਰਟ ਕਰੋ ਤਾਂ ਕਿ ਤੁਸੀਂ ਜਿਹੜੇ ਆਪਣੇ ਮਦਰ ਨੂੰ ਅੱਗੇ ਵਧੀਆ ਰਿਪ੍ਰੈਜੈਂਟ ਕਰ ਸਕੋ। ਥੈਂਕ ਯੂ ਸਰਪ੍ਰੀਤ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਪੋਡਕਾਸਟ ਦੇ ਵਿੱਚ ਆਏ ਔਰ ਆਪਣੇ ਦਿਲ ਦੇ ਭਾਵ ਜਿਹੜੇ ਸੀ, ਫੀਲਿੰਗਸ ਜਿਹੜੀਆਂ, ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਔਰ ਬਹੁਤ ਸਾਰੇ ਲੋਕਾਂ ਨੂੰ ਇਹ ਦੱਸਿਆ ਕਿ ਮਤਲਬ ਰਸਤੇ ਤੋਂ ਭਟਕਾਉਣ ਵਾਲੇ ਵੀ ਬਹੁਤ ਹੁੰਦੇ ਨੇ ਤੇ ਰਸਤਾ ਦੱਸਣ ਵਾਲੇ ਜਿਹੜੇ ਨੇ ਉਹ ਸ਼ਾਇਦ ਬਹੁਤ ਘੱਟ ਹੁੰਦੇ ਨੇ, ਕਿਉਂਕਿ ਕੋਈ ਵੀ ਕਿਸੇ ਨੂੰ ਦੇਖ ਕੇ ਜਰਦਾ ਨਹੀਂ ਕਿ ਕੋਈ ਮੇਰੇ ਤੋਂ ਉੱਤੇ ਜਾਵੇ, ਹੈ ਨਾ। ਸੋ ਬਿਹਤਰੀ ਇਸੇ ਦੇ ਵਿੱਚ ਹੈ ਕਿ ਕਿਸੇ ਤੋਂ ਉਮੀਦ ਕੋਈ ਨਾ ਰੱਖਦੇ ਹੋਏ ਜਿਹੜਾ ਆਪਣੀ ਲਾਈਫ ਦੇ ਵਿੱਚ ਆਪਣੇ ਕੰਮ ਦੇ ਉੱਪਰ ਫੋਕਸ ਰੱਖਿਆ ਜਾਵੇ ਔਰ ਇੱਕ ਚੰਗੀ ਸੇਧ ਲਈ ਜਾਵੇ ਔਰ ਚੰਗੇ ਲੋਕਾਂ ਦੀ ਜਿਹੜੀ ਸੰਗਤ ਕੀਤੀ ਜਾਵੇ। ਸੋ ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ ਸੋ ਮਚ।